हां जी ਤੇ ਵੈਲਕਮ ਬੈਕ ਇਕ ਵਾਰੀ ਫੇਅਰ ਟੀਚ ਵੀਜ਼ਾ ਪੰਜਾਬੀ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਪੁਰਤਕਾਲ ਦੇ ਵਰਕ ਪਰਮਿਟ ਦੀ ਗੱਲ ਕਰਾਂਗੇ ਵਿਜ਼ਿਟ ਵੀਜ਼ੇ ਦੀ ਗੱਲ ਕਰਾਂਗੇ ਤੇ ਸਟੱਡੀ ਵੀਜ਼ੇ ਦੀ ਗੱਲ ਕਰਾਂਗੇ ਕਿਉਂਕਿ ਪੁਰਤਕਾਲ ਦੀ ਜਿਹੜੀ ਐਮਬੈਸੀ ਹੈ ਉਹਨੇ ਅਨਾਉਂਸਮੈਂਟ ਕੀਤੀ ਹੈ ਕਿ 15 ਅਪ੍ਰੈਲ ਤੋਂ ਬਾਅਦ ਅਸੀਂ ਜਿਹੜਾ ਆਪਣੇ ਕੁਝ ਵੀਜ਼ੇ ਓਪਨ ਕਰਨ ਜਾ ਰਹੇ ਹਾਂ ਜਿਨ੍ਹਾਂ ਵਿੱਚ ਵਰਕ ਵੀਜ਼ਾ ਵੀ ਆਏਗਾ ਤੇ ਸਟੱਡੀ ਵੀਜ਼ਾ ਵੀ ਆਏਗਾ ਵਿਜ਼ਿਟ ਵੀਜ਼ੇ ਦੀ ਹੈ ਇਹ ਕੋਈ ਵੀ ਕਨਫਰਮ ਅਪਡੇਟ ਨਹੀਂ ਹੈ ਪੁਰਤਗਾਲ ਦੇ ਜਿੰਨਾ ਭਰਾਵਾਂ ਨੇ ਵਰਕ ਵੀਜ਼ਾ ਅਪਲਾਈ ਕਰਨੇ ਸਨ ਜਿਹੜੇ ਬੈਠੇ ਸਨ ਸਿਰਫ ਐਮਬੈਸੀ ਦੇ ਹੱਥੋਂ ਕਿ ਐਮਬੈਸੀ ਜਿਹੜਾ ਉਹ ਕੰਮ ਨਹੀਂ ਓਪਨ ਕਰਨ ਢਈ ਤੇ ਹੁਣ ਐਮਬੈਸੀ ਨੇ ਐਲਾਨ ਕਰ ਚੁੱਕਿਆ ਕਿ 15 ਅਪ੍ਰੈਲ ਤੋਂ ਬਾਅਦ 2021 ਦੇ ਵਿੱਚ 15 ਅਪ੍ਰੈਲ ਤੋਂ ਬਾਅਦ ਤੁਸੀਂ ਪੁਰਤਕਾਲ ਦਾ ਵਰਕ ਪਰਮਿਟ ਵਰਕ ਵੀਜ਼ਾ ਅਪਲਾਈ ਕਰ ਸਕੋਗੇ ਤੇ ਇਹ ਗੁੱਡ ਨਿਊਜ਼ ਉਹਨਾਂ ਮੇਰੇ ਵੀਰਾਂ ਭਰਾਵਾਂ ਵਾਸਤੇ ਵੇ ਜਿਨ੍ਹਾਂ ਪੁਰਤਕਾਲ ਦਾ ਵਰਕ ਪਰਮਿਟ ਵਰਕ ਵੀਜ਼ਾ ਅਪਲਾਈ ਕਰਨਾ ਸੀ ਬਟ ਐਮਬੈਸੀ ਬੰਦ ਹੋਣ ਦੀ ਵਜ੍ਹਾ ਤੋਂ ਵੀਜ਼ਾ ਅਪਲਾਈ ਨਹੀਂ ਸੰ ਕਰ ਪਾਰੇ ਤਾਂ ਹੁਣ ਵੀਜ਼ਾ ਜਿਹੜਾ ਉਹ ਓਪਨ ਹੋ ਗਿਆ ਐਮਬੈਸੀ ਜਿਹੜੀ ਓਪਨ ਹੋ ਗਈਏ ਜਿਨ੍ਹਾਂ ਭਰਾਵਾਂ ਦੀ ਫਾਈਲ ਤਿਆਰ ਹੈ ਪੁਰਤਕਾਲ ਦੇ ਵਿੱਚੋਂ ਵੀਜ਼ਾ ਨਿਕਲ ਆਇਆ ਹੈ ਤੇ ਹੁਣ ਸਿਰਫ ਅਰਜ਼ਰਬਾਇਜਾਨ ਅੰਬੈਸੀ ਦੇ 2K ਅੰਬੈਸੀ ਕੀਦੂ ਓਪਨ ਹੋਵੇ ਤੇ ਆਪਣੇ ਡਾਕੂਮੈਂਟ ਜਿਹੜਾ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਈਏ ਤੇ ਉਹਨਾਂ ਦਾ ਵੀਜ਼ਾ ਲੱਗ ਕੇ ਆਈ ਹੋਵੇ ਤੇ ਹੁਣ ਅੰਬੈਸੀ ਓਪਨ ਹੋਣ ਲੱਗੀ ਹੈ ਅਗਲੇ ਮਹੀਨੇ ਦੀ 15 ਤਰੀਕ ਨੂੰ ਜਿਹੜਾ ਅੰਬੈਸੀ ਓਪਨ ਹੋਣ ਲੱਗੀ ਹੈ ਜਿੰਨਾ ਭਰਾਵਾਂ ਨੇ ਵਰਕ ਵੀਜ਼ਾ ਅਪਲਾਈ ਕਰਨਾ ਵਰਕ ਵੀਜ਼ਾ ਵੀ ਅਪਲਾਈ ਕਰ ਸਕਦੇ ਨੇ ਜਿੰਨਾ ਭਰਾਵਾਂ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਉਹ ਸਟੱਡੀ ਵੀਜ਼ਾ ਵੀ ਅਪਲਾਈ ਕਰ ਸਕਦੇ ਨੇ ਪੁਰਤਗਾਲ ਦੀ ਐਮਬੈਸੀ ਨੇ ਹਾਈਅਤੀ ਦਾ ਸਿਰਫ ਇਹਨਾਂ ਦੂਆਂ ਵੀਜ਼ਿਆਂ ਦੀ ਅਨਾਉਂਸਮੈਂਟ ਕੀਤੀ ਹੈ ਕਿ ਵਰਕ ਪਰਮਿਟ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਵਰਕ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਤੇ ਸਟੱਡੀ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਬਟ ਉਹਨਾਂ ਵਿਜ਼ਿਟ ਵੀਜ਼ੇ ਦੇ ਬਾਰੇ ਚ ਟੂਰਿਸਟ ਵੀਜ਼ੇ ਦੇ ਬਾਰੇ ਚ ਇਹ ਕੋਈ ਵੀ ਨਹੀਂ ਆਖਿਆ ਕਿ ਅਸੀਂ ਕਿਦੂ ਓਪਨ ਕਰਾਂਗੇ ਲੇਕਿਨ ਕੀ ਆਏ ਜਾਣਦੇ ਆ ਕਿ ਮਾਰਚ 17 ਮਾਰਚ ਨੂੰ ਉਹ ਦੱਸਣਗੇ ਕਿ ਟੂਰਿਸਟ ਵੀਜ਼ੇ ਦੇ ਬਾਰੇ ਚ ਕਿ ਅਸੀਂ 15 ਅਪ੍ਰੈਲ ਨੂੰ ਟੂਰਿਸਟ ਵੀਜ਼ਾ ਵੀ ਓਪਨ ਕਰਾਂਗੇ ਜਾਂ ਨਹੀਂ ਓਪਨ ਕਰਾਂਗੇ ਤੇ ਸਿਰਫ ਔਰ ਸਿਰਫ ਉਹਨਾਂ ਭਰਾਵਾਂ ਨੂੰ ਕ੍ਰੀਏਟ ਕਰਨਾ ਪਏਗਾ 17 ਮਾਰਚ ਦਾ ਕਿਉਂਕਿ 17 ਮਾਰਚ ਨੂੰ ਅਨਾਉਂਸਮੈਂਟ ਆਫੀਸ਼ੀਲੀ ਤੌਰ ਤੇ ਅਨਾਉਂਸਮੈਂਟ ਜਾਰੀ ਹੋਵੇਗੀ ਪੁਰਤਕਾਲ ਦੀ ਐਮਬੈਸੀ ਵੱਲੋਂ ਸਾਰੇ ਵੀਜ਼ਿਆਂ ਦੇ ਬਾਰੇ ਚ ਕਿਹੜੇ-ਕਿਹੜੇ ਵੀਜ਼ੇ ਓਪਨ ਹੋਣਗੇ ਜਿੰਨਾ ਭਰਾਵਾਂ ਨੇ ਪਹਿਲਾਂ ਵੀਜ਼ੇ ਅਪਲਾਈ ਕੀਤੇ ਸਨ ਟੂਰਿਸਟ ਵੀਜ਼ਾ ਵਰਕ ਵੀਜ਼ਾ ਸਟੱਡੀ ਵੀਜ਼ਾ ਉਹਨਾਂ ਦੇ ਵੀਜ਼ੇ ਜਿਹੜੇ ਪੈਂਡਿੰਗ ਜਾਣ ਡੇ ਸਨ ਉਹਨਾਂ ਤੇ ਵੀ ਕੰਮ ਹੋਏਗਾ ਤੇ ਉਹਨਾਂ ਨੂੰ ਸਾਬਨਾਂ ਨੂੰ ਪਹਿਲਾਂ 1 ਵੀਕ ਦੇ ਅੰਦਰ ਅੰਦਰ ਵੀਜ਼ੇ ਦਿੱਤੇ ਜਾਣਗੇ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਜਿੰਨਾਂ ਲੋਕਾਂ ਨਵੇਂ ਵੀਜ਼ੇ ਅਪਲਾਈ ਕਰਨੇ ਨੇ ਭਰਾਵਾਂ ਨੇ ਨਵੇਂ ਵੀਜ਼ੇ ਅਪਲਾਈ ਕਰਨੇ ਨੇ ਉਹਨਾਂ ਤੇ ਕੰਮ ਸ਼ੁਰੂ ਹੋਵੇਗਾ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਤੁਹਾਨੂੰ ਜਿਹੜੀ ਗੁੱਡ ਨਿਊਜ਼ ਹੈ ਬੜੀ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਹੋਈ ਤੇ ਪਲੀਜ਼ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਡ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਏ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੈ ਪੁਰਤਗਾਲ ਦੇ ਵੀਜ਼ੇ ਦੇ ਰਿਲੇਟਿਡ ਅੰਬੈਸੀ ਦੇ ਰਿਲੇਟਿਡ ਵਰਕ ਪਰਮਿਟ ਦੇ ਰਿਲੇਟਿਡ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਨਵੇਂਓ ਚੈਨਲ टीच ਵੀਜ਼ਾ ਪੰਜਾਬੀ ਦੇ ਤੈਨੂੰ ਸਬਸਕ੍ਰਾਈਬ ਕਰੋ ਮਿਲਦੀਆਂ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ